ਪੰਜਾਬ ਦੇ ਵਿੱਚ ਕੋਰੋਨਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1845 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਜੇ ਗੱਲ ਕਰੀਏ ਐਕਟਿਵ ਕੇਸਾਂ ਦੀ ਤਾਂ 1647 ਕੇਸ ਆ ਜਿਹੜੇ ਉਹ ਐਕਟਿਵ ਨੇ ਪੰਜਾਬ ਦੇ ਵਿੱਚ, ਜਿਸ ਦੇ ਵਿੱਚ 166 ਲੋਕ ਆ ਜਿਹੜੇ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ ਅਤੇ 32 ਲੋਕਾਂ ਦੀ ਇਸ ਬਿਮਾਰੀ ਨੇ ਜਾਨ ਲੈ ਲਈ ਹੈ। ਪੰਜਾਬ ਦੇ ਵਿੱਚ ਲਗਾਤਾਰ ਇਹ ਮਾਮਲੇ ਵਧਦੇ ਜਾ ਰਹੇ ਨੇ, ਹਰ ਸ਼ਹਿਰ ਦੇ ਵਿੱਚ ਅੰਕੜੇ ਹਰ ਰੋਜ਼ ਬਦਲ ਰਹੇ ਨੇ।